ਸਮਝ ਲੋ ਕੋਈ ਚੋਰ ਸੀਗਾ ਚੋਰੀ ਕਰਨੀ ਸੀਗੀ ਤੇ ਆਸੇ-ਪਾਸੇ ਮਿਲਿਆ ਨਹੀਂ ਪਤਾ ਵੀ ਇੱਥੋਂ ਦਰਵਾਜ਼ਾ ਕਿਹੜਾ ਮਿਲਦਾ ਤੇ ਕਿਸੇ ਬੰਦੇ ਕੋਲੇ ਜਾ ਕੇ ਪੁੱਛ ਕੇ ਕਹਿੰਦਾ ਆਹ ਦਰਵਾਜ਼ਾ ਇੱਧਰੋਂ ਜਾਂਦਾ ਏਦੇ ਉਹਨਾਂ ਦਾ ਕਰਨਾ ਕੀ ਹੈ ਉਹ ਕਹਿੰਦਾ ਬਸ ਹੱਥ ਸਾਫ਼ ਕਰਨਾ ਤੂੰ ਜਿਹੜਾ ਬੰਦੇ ਨੂੰ ਪੁੱਛਿਆ ਤੇ ਉਹ ਵੀ ਜੇ ਪੁਲਿਸ ਵਾਲਾ ਨਿਕਲਿਆ ਹੋਵੇ ਤੇ ਬਾਅਦ ਬਣੂਗਾ ਕਿ ਮਿਲਦੀ ਜੁਲਦੀ ਖ਼ਬਰ ਹੀ ਆ ਤੇ ਜਵਾਕਾਂ ਨਾ ਹੋ ਗਈ ਝੇੜ ਜੀ ਜਵਾਕ ਪਿੰਦੇ ਸੀ ਆ ਜਿਹੜੀ ਸਿਗਰਟ ਜੀ ਜਗਾਉਂਦੇ ਆ ਇਹ ਤੇ ਜਾ ਕੇ ਉਹਨਾਂ ਨੂੰ ਪੁੱਛਣ ਲੱਗੇ ਜਿਨ੍ਹਾਂ ਨੇ ਖੜਨਾ ਹੁੰਦਾ ਇਹ ਸਾਰੀ ਗੱਲਬਾਤ ਜੀ ਹਾਂਜੀ ਬ੍ਰਾਡਸਪ ਬੜੀ ਅਜੀਬ ਘਾਣੀ ਹੈ ਫਨੀ ਵੀ ਹੈ ਨਾਲ ਦੀ ਨਾਲ ਇਹ ਬੜੀ ਕਨਸਰਨਿੰਗ ਵੀ ਹੈ ਕਿ ਕਿੱਦਾਂ ਸਕੂਲਾਂ ਤੱਕ ਕਾਲਜਾਂ ਤੱਕ ਬੜੀਆਂ ਭਿਆਨਕ ਚੀਜ਼ਾਂ ਪਹੁੰਚ ਕਰ ਗਈਆਂ ਇਹ ਬ੍ਰਾਡਸਪ ਸਕੂਲ ਦੇ ਸਟੂਡੈਂਟਸ ਦਾ ਇੱਕ ਟ੍ਰਿਪ ਸੀਗਾ ਕੇਰਲਾ ਦੀ ਖਬਰ ਹੈ ਜੀ ਇੰਡੀਆ ਦੀ ਕੇਰਲਾ ਨੂੰ ਇੰਡੀਆ ਦੀ ਸਭ ਤੋਂ ਪੜੀ ਲਿਖੀ ਸਟੇਟ ਮੰਨਿਆ ਜਾਂਦਾ ਮੋਸਟ ਲਿਟਰੇਟ ਸਟੇਟ ਆਫ ਇੰਡੀਆ ਸੋ ਉੱਥੇ ਬੱਚਿਆਂ ਦਾ ਇੱਕ ਟ੍ਰਿਪ ਲੈ ਕੇ ਉਹਨਾਂ ਦੇ ਅਧਿਆਪਕ ਉਹਨਾਂ ਦੇ ਟੀਚਰ ਸਹਿਬਾਨ ਗਏ ਹੋਏ ਸੀ ਕਿ ਤੇ ਇਹਨਾਂ ਨੂੰ ਐਕਸਪਲੋਰ ਕਰਵਾਉਣ ਕਿ ਨਵੀਆਂ ਚੀਜ਼ਾਂ ਐਕਸਪਲੋਰ ਕਰਵਾ ਕੇ ਲਿਆਉਣੇ ਆ ਪਰ ਇਸ ਟ੍ਰਿਪ ਦੇ ਉੱਤੇ ਨਵੀਂ ਚੀਜ਼ ਐਕਸਪਲੋਰ ਕਰਦਿਆਂ ਕਰਦਿਆਂ ਕੁਝ ਬੱਚਿਆਂ ਨੂੰ ਤਾਂ ਅਰੈਸਟੀ ਕਰ ਲਿਆ ਗਿਆ ਇਹਦੇ ਇਹ ਘਟਨਾ ਬਰਟਸਬ 22 ਅਕਤੂਬਰ ਨੂੰ ਵਾਪਰੀ ਹੈ ਇਹ ਬੱਚੇ ਜਦੋਂ ਗਏ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਦਿਖਾਉਣੀਆਂ ਸੀ ਟੀਚਰ ਸਹਿਬਾਨ ਨੇ ਉਹ ਦਿਖਾਈਆਂ ਉਸ ਤੋਂ ਬਾਅਦ ਇਹਨਾਂ ਨੂੰ ਲੰਚ ਕਰਵਾਇਆ ਹੁਣ ਇਹ ਬੱਚੇ ਸੀਗੇ ਜਿਹੜੇ ਇਹਨਾਂ ਦੇ ਵਿੱਚੋਂ ਕੁਝ ਸਟੂਡੈਂਟ ਜਿਹੜੇ 12ਵੀਂ ਜਮਾਤ ਦੇ ਕੁਝ ਮੁੰਡੇ ਸੀਗੇ ਉਹਨਾਂ ਦੇ ਕੋਲੇ ਬਰਾਟ ਸਾਹਿਬ ਗਾਂਝਾ ਸੀਗਾ ਜਿਹਨੂੰ ਵੀਡ ਕਹਿ ਦਿੰਦੇ ਆ ਤੇ ਗਾਂਝਾ ਇਹਨਾਂ ਨੇ ਸਿਗਰਟਾਂ ਦੇ ਵਿੱਚ ਬੀੜੀਆਂ ਦੇ ਵਿੱਚ ਭਰਿਆ ਹੋਇਆ ਸੀਗਾ ਹੋਟਲ ਤੋਂ ਨਿਕਲ ਕੇ ਜਿੱਥੇ ਇਹਨਾਂ ਨੂੰ ਨਾਸ਼ਤਾ ਪਾਣੀ ਕਰਵਾਇਆ ਸੀਗਾ ਇਹਨਾਂ ਨੂੰ ਖਾਣਾ ਖਵਾਇਆ ਸੀ ਇਹਨਾਂ ਦੇ ਟੀਚਰਸ ਨੇ ਫਿਰ ਇਹ ਇੱਧਰ ਉੱਧਰ ਜਾਣ ਲੱਗੇ ਕਿ ਕੋਈ ਖੁੰਝਾ ਲੱਭਦੇ ਕੋਈ ਕੋਨਾ ਲੱਭਦੇ ਉੱਥੇ ਬਹਿ ਕੇ ਇਹ ਜਿਹੜੀ ਅਸੀਂ ਮਾਲ ਪੱਤਾ ਪਾਇਆ ਜੇਬ ਦੇ ਵਿੱਚ ਇਹਦਾ ਲੁਤਫ ਉਠਾਈਏ ਇਹਦੇ ਇੱਥੇ ਬਰਾਟ ਸਾਹਿਬ ਇਹਨਾਂ ਜਿਹੜੇ ਇਹ ਬੱਚੇ ਸੀਗੇ ਸਟੂਡੈਂਟਸ ਸੀਗੇ ਇਹਨਾਂ ਦੇ ਕੋਲੇ ਕੋਈ ਮਾਚਸ ਕੋਈ ਤੀਲੀ ਕੋਈ ਲਾਈਟਰ ਨਹੀਂ ਸੀ ਸੋ ਇਧਰ ਉਧਰ ਇਹਨਾਂ ਨੇ ਤਲਾਸ਼ ਕਰਨੀ ਸ਼ੁਰੂ ਕੀਤੀ ਉਹਨੇ ਪਤਾ ਨਹੀਂ ਐਕਸਾਈਟਿਡ ਸੀਗੇ ਕਿ ਇਹਨਾਂ ਨੂੰ ਕੋਈ ਤਲਬਬਾਲੀ ਲੱਗੀ ਸੀ ਕੀ ਦਿੱਕਤ ਸੀਗੀ ਇਹਨਾਂ ਨੂੰ ਲੱਗਿਆ ਕਿ ਉਹ ਇੱਕ ਵਰਕਸ਼ਾਪ ਦੇ ਵਿੱਚ ਚਲੇ ਗਏ ਐ ਜਿੱਥੇ ਕਾਰਾਂ ਜੀਪਾਂ ਦਾ ਕੰਮਕਾਰ ਹੁੰਦਾ ਉਥੇ ਜਾ ਕੇ ਇਹ ਇੱਕ ਦੋ ਬੰਦਿਆਂ ਨਾਲ ਇਹਨਾਂ ਨੇ ਗੱਲਬਾਤ ਕੀਤੀ ਕਿ ਸਾਨੂੰ ਤੁਸੀਂ ਲਾਈਟਰ ਦੇ ਦਿਓ ਲਾਈਟਰ ਹੈਗਾ ਤੁਹਾਡੇ ਕੋਲੇ ਉਹ ਕਹਿੰਦੇ ਨਹੀਂ ਲਾਈਟਰ ਨਹੀਂ ਹੈਗਾ ਕਹਿਣ ਲੱਗੇ ਮਾਚਸ ਦੇ ਦਿਓ ਉਹਨਾਂ ਨੇ ਦੇਖਿਆ ਕਿ ਬੱਚੇ ਸਕੂਲ ਵਾਲੇ ਐ ਪਰ ਇਹ ਕੋਈ ਮਾੜਾ ਕੰਮ ਕਰਦੇ ਜਾਪਦੇ ਆ ਉਹਨਾਂ ਨੇ ਕਹਿ ਕੇ ਕਰਨਾ ਕੀ ਆ ਤੁਹਾਨੂੰ ਇੰਤਜ਼ਾਮ ਕਰ ਦਿੰਨੇ ਆ ਤਾਂ ਕਹਿਣ ਲੱਗੇ ਕਿ ਸਾਡੇ ਕੋਲੇ ਬੀੜੀ ਹੈ ਸਾਡੇ ਕੋਲੇ ਸਿਗਰਟ ਹੈ ਜਿਹਦੇ ਵਿੱਚ ਵੀਡ ਭਰੀ ਹੋਈ ਆ ਗਾਂਜਾ ਭਰਿਆ ਹੋਇਆ ਹੈ ਇੰਨੇ ਦਰਮਿਆਨ ਬਲੱਡ ਸਾਹਿਬ ਇੱਕ ਮੁੰਡੇ ਨੂੰ ਇਹ ਲੱਗਿਆ ਕਿ ਅਸੀਂ ਗਲਤ ਥਾਂ ਤੇ ਆ ਗਏ ਆ ਇਹ ਤਾਂ ਕੋਈ ਵਰਕਸ਼ਾਪ ਨਹੀਂ ਇਹ ਤਾਂ ਕੋਈ ਸਰਕਾਰੀ ਮੁਲਾਜ਼ਮ ਲੱਗਦੇ ਨੇ ਤਾਂ ਉਹਨੇ ਬਾਕੀਆਂ ਨੂੰ ਕਿਹਾ ਕਿ ਭੱਜ ਲੋ ਆਪਾਂ ਗਲਤ ਥਾਂ ਤੇ ਆ ਗਏ ਆ ਉਬਰਾਤ ਸਭ ਐਕਸਾਈਜ਼ ਦਾ ਦਫਤਰ ਸੀਗਾ ਐਕਸਾਈਜ਼ ਵਾਲੇ ਹੁੰਦੇ ਆ ਇਲੀਗਲ ਚੀਜ਼ਾਂ ਨੂੰ ਫੜਦੇ ਹੁੰਦੇ ਆ ਚਾਹੇ ਉਹ दारू ਹੋਵੇ ਚਾਹੇ ਕੋਈ ਕੰਟਰੋਲਡ ਸਬਸਟੈਂਸ ਹੋਣ ਸੋ ਇਹ ਜਿਹੜੇ ਬੱਚੇ ਸੀਗੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਐਕਸਾਈਜ਼ ਵਾਲੇ ਜਿਹੜੇ ਜਵਾਨ ਸੀਗੇ ਉਹ ਇਹਨਾਂ ਦੇ ਪਿੱਛੇ ਲੱਗੇ ਉਹਨਾਂ ਨੇ ਇਹਨਾਂ ਨੂੰ ਫੜ ਲਿਆ ਸਾਰੇ ਜਿਹੜੇ ਇਹ ਗਰੁੱਪ ਦੇ ਵਿੱਚ ਤੁਰੇ ਫਿਰਦੇ ਸੀਗੇ ਇਹਨਾਂ ਨੂੰ ਨਾ ਸਿਰਫ ਫੜਿਆ ਬਲਕਿ ਇਹਨਾਂ ਦੇ ਕੋਲ ਜਿਹੜਾ ਗਾਂਜਾ ਸੀਗਾ ਉਹ ਵੀ ਸੀਜ਼ ਕਰ ਲਿਆ ਗਾਂਜੇ ਦੇ ਨਾਲ ਰਿਲੇਟਡ ਕੁਝ ਹੋਰ ਵੀ ਕੰਟਰੋਲਡ ਸਬਸਟੈਂਸ ਇਨ ਜਵਾਕਾਂ ਦੇ ਕੋਲੋਂ ਮਿਲੇ ਜਿਹੜੇ 12ਵੀਂ ਕਲਾਸ ਦੇ ਵਿਦਿਆਰਥੀ ਸੀ ਸਾਰੇ ਹੀ ਮਾਈਨਰ ਸੀਗੇ ਕਿਸੇ ਦੀ ਉਮਰ 18 ਸਾਲ ਨਹੀਂ ਸੀ ਸਾਰੇ 18 ਤੋਂ ਹੇਠਾਂ ਵਾਲੇ ਹੀ ਸੀਗੇ ਬਾਅਦ ਵਿੱਚ ਉਹ ਬਰਾਟ ਸਭ ਪੁੱਛਿਆ ਗਿਆ ਕਿ ਭਾਈ ਤੁਹਾਨੂੰ ਕਿੱਥੋਂ ਮਿਲਿਆ ਕਿੰਨੇ ਦਾ ਮਿਲਿਆ ਕੀ ਕਿਵੇਂ ਤੁਸੀਂ ਇੰਤਜ਼ਾਮ ਕੀਤਾ ਤਾਂ ਇਹਨਾਂ ਵਿੱਚੋਂ ਜਿਨ੍ਹਾਂ ਦੀ ਜੇਬ ਤੋਂ ਮਿਲਿਆ ਸੀਗਾ ਜਿਹੜੇ ਦੋ ਮੇਨ ਮਾਸਟਰਮਾਈਂਡ ਕਹਿ ਸਕਦੇ ਆ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਮੈਨੀਪੂਲ ਕੀਤੀ ਆ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਸਾਰਿਆਂ ਬਰਾਬਰ ਹਿੱਸੇ ਦੇ ਵਿੱਚ ਫਿਰ ਇਹ ਸਮਾਨ ਲਿਆਂਦਾ ਤੇ ਪਰ ਐਕਸਰਸਾਈਜ਼ ਵਾਲਿਆਂ ਨੇ ਜਿਹੜਾ ਕੇਸ ਪਾਇਆ ਉਹ ਸਿਰਫ ਦੋਹਾਂ ਦੇ ਉੱਤੇ ਪਾਇਆ ਜਿਨ੍ਹਾਂ ਦੇ ਕੋਲੋਂ ਇਹ ਮਿਲਿਆ ਸੀਗਾ ਬਾਕੀਆਂ ਨੂੰ ਟੀਚਰਾਂ ਦੇ ਕੋਲ ਤੋਰ ਦਿੱਤਾ ਹੈ ਹਰਕਤ ਸਾਰੀ ਜਗ ਜਾਗਰ ਕਰ ਦਿੰਦੀ ਹੈ ਪਰ ਦੋ ਜਵਾਕਾਂ ਦੇ ਉੱਤੇ ਨਾਰਕੋਟਿਕਸ ਡਰੱਗਸ ਹੈ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਤਹਿਤ ਐਂਡੀਪੀ ਪੀਐਸ ਦੇ ਤਹਿਤ ਪਰਚਾ ਪਾਇਆ ਬਾਅਦ ਵਿੱਚ ਸ਼ਾਇਦ ਉਹਨਾਂ ਨੂੰ ਬੇਲ ਦੀ ਵੀ ਗੱਲਬਾਤ ਸੁਣਨ ਨੂੰ ਮਿਲੀ ਹੈ ਉਹਨਾਂ ਦੇ ਪਰਿਵਾਰਾਂ ਤੱਕ ਨੂੰ ਵੀ ਸਵਮਣ ਕੀਤਾ ਜੀ ਇਹਦੇ ਵਿੱਚ ਦੇਖੋ ਜੀ ਜਿਹੜੇ ਜਵਾਗ ਹੁੰਦੇ ਆ ਜਵਾਕਾਂ ਨੂੰ ਬਹੁਤਾ ਚੀਜ਼ਾਂ ਨਹੀਂ ਪਤਾ ਹੋਣਾ ਇਸ ਡਰੱਗਸ ਬਾਰੇ ਜਦੋਂ ਇਨੀਸ਼ੀਅਲ ਲੱਗ ਜਾਂਦੇ ਆ ਪਰ ਇੱਥੇ ਆ ਵੀ ਭਾਈ ਐਡੇ ਗੰਭੀਰ ਜਿਹੜੇ ਮੁੱਦੇ ਹੈਗੇ ਆ 18 ਸਾਲਾਂ ਤੋਂ ਘੱਟ ਦੇ ਪੈ ਸਕਦੇ ਆ ਕੀ ਉਹਨਾਂ ਨੂੰ ਸਰ ਜਸੂ ਜੀ ਬੋਸ ਅੱਜ ਇਹ ਉਹਨਾਂ ਦੀ ساری ਜ਼ਿੰਦਗੀ ਖਰਾਬ ਹੋ ਜੂਗੀ ਜੀ ਇਹ ਲੱਗਦੀ ਉਹਨਾਂ ਤੇ ਬਲੀਆ ਬਿਲਕੁਲ ਬਟਸ ਹੁਣ ਮੈਂ ਥੋੜਾ ਜਿਹਾ ਹੈਰਾਨ ਵੀ ਸੀਗਾ ਕਿ ਐਨ ਡੀ ਪੀ ਐਸ ਕਿੰਨੀ ਏਜ ਤੇ ਲੱਗਦਾ ਕਿਉਂਕਿ 18 ਸਾਲ ਤੋਂ ਘੱਟ ਵਾਲਿਆਂ ਤੇ ਮੈਨੂੰ ਲੱਗਦਾ ਕਿ ਲੱਗਣਾ ਨਹੀਂ ਚਾਹੀਦਾ ਪਰ ਫਿਰ ਵੀ ਕੰਟਰੋਲਡ ਸਬਸਟੈਂਸ ਸਕੂਲ ਹੋਣਾ ਖੁਦ ਯੂਜ਼ ਕਰਨਾ ਤੇ ਬਾਕੀਆਂ ਨੂੰ ਇਹਦੇ ਬਾਰੇ ਉਤਸ਼ਾਹਿਤ ਕਰਨਾ ਕਿ ਤੁਸੀਂ ਵੀ ਕਰਕੇ ਦੇਖੋ ਇਹ ਚੰਗਾ ਕੰਮ ਹੈ ਤੁਸੀਂ ਦੇਖਿਓ ਤੁਹਾਨੂੰ ਨਜ਼ਾਰਾ ਆਊਗਾ ਜਾਂ ਵਾਟ ਐਵਰ ਜੋ ਵੀ ਇਹਨਾਂ ਦੀ ਸਕ੍ਰਿਪਟ ਹੁੰਦੀ ਹੈ ਸੋ ਮੇਬੀ ਇਹਨਾਂ ਨੂੰ ਕੋਈ ਸਜ਼ਾ ਹੋ ਜਵੇ ਥੋੜੀ ਬਹੁਤ NDPS ਤੇ ਮੇਰਾ ਮੈਨੂੰ ਲੱਗਦਾ ਕਿ ਤੇ ਸਵਾਲੀਆ ਨਿਸ਼ਾਨ ਹੈਗਾ ਹਾਲਾਂਕਿ ਅਖਬਾਰਾਂ ਨੇ ਇਹੀ ਲਿਖਿਆ ਕਿ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ NDPS ਦਾ ਹੀ ਐਕਟ ਹੁੰਦਾ ਬਟ ਮੈਨੂੰ ਲੱਗਦਾ ਕਿ ਏਜ ਇਹਦੇ ਵਿੱਚ ਮੈਟਰ ਕਰਦੀ ਹੋਊਗੀ ਪਰ ਬਟਸ ਬੜੀ ਗੰਭੀਰ ਗੱਲ ਹੈ ਸਕੂਲਾਂ ਤੱਕ ਇਹਨਾਂ ਚੀਜ਼ਾਂ ਦੀ ਪਹੁੰਚ ਹੋ ਗਈ ਹੈ ਮਤਲਬ ਤਰੱਕੀ ਕਿਸ ਤਰੀਕੇ ਨਾਲ ਰੁਕੀ ਜਾ ਰਹੀ ਹੈ ਬੱਚੇ ਜਦੋਂ ਬੱਚੇ ਦੇ ਦਿਮਾਗ ਨੇ ਬੱਚੇ ਦੀ ਮੈਂਟਲ ਸਟੇਟ ਨੇ ਬਹੁਤ ਜ਼ਿਆਦਾ ਗਰੋ ਅਪ ਕਰਨਾ ਹੈ ਨਵੀਆਂ ਚੀਜ਼ਾਂ ਦੇਖਣੀਆਂ ਹੈ ਫੀਲਡ ਵਗੈਰਾ ਚੂਜ਼ ਕਰਨੀਆਂ ਹੈ ਕਿ ਅੱਗੇ ਮੈਂ ਕਿੱਥੇ ਜਾਣਾ ਹੈ ਸਭ ਤੋਂ ਮੈਨੂੰ ਲੱਗਦਾ ਕ੍ਰਿਟੀਕਲ ਫੇਜ਼ ਹੁੰਦਾ ਜਦੋਂ 11th 12th ਦੇ ਵਿੱਚ ਆ ਬੱਚੇ ਨੇ ਬੱਚੇ ਦੇ ਦਿਮਾਗ ਵਿੱਚ ਬਹੁਤ ਸਾਰੀ ਉਧੇੜਬੁੰ ਚੱਲਦੀ ਹੈ ਕਿ ਕਿਸ ਪਾਸੇ ਨੂੰ ਜਾਵੇ ਉਹ ਕਿਹੜਾ ਕੋਰਸ ਲਵੇ ਅਜਿਹੇ ਦੇ ਵਿੱਚ ਜੇ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰ ਰਿਹਾ ਤਾਂ ਮਤਲਬ ਬੱਚੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਾਂ ਇਹ ਕਹ ਲੋ ਕਿ ਗਿਣਮਿੱਥ ਕੇ ਕੀਤਾ ਜਾ ਰਿਹਾ ਬਿਲਕੁਲ ਜੀ ਇੱਥੇ ਫਿਰ ਪੇਰੈਂਟਸ ਨੂੰ ਵੀ ਆਪਦੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਧਿਆਨ ਤਾਂ ਚਲੋ ਕਿੰਨਾ ਕੁ ਰੱਖ ਲੈਣਗੇ ਕਿਤੇ ਕਿੱਧਰ ਜਾਵੜੇ ਇੱਥੇ ਤਾਂ ਫਿਰ ਵੀ ਨੇੜੇ-ਨੇੜੇ ਰਹਿੰਦੇ ਤੇ ਇੰਡੀਆ 'ਚ ਤਾਂ ਪਤਾ ਨਹੀਂ ਲੱਗਦਾ ਕਿੱਧਰ ਕਿਹ ਉਹ ਜਪਲਮਾ ਵਗੈਰਾ ਹੋ ਗਿਆ ਕੋ ਸਾਹ ਦੇ ਪਾਸੇ ਦਾ ਮਾਹੌਲ ਹੋ ਗਿਆ ਬਹੁਤ ਚੀਜ਼ਾਂ ਵੱਧ ਜਾ ਰਹੀਆਂ ਵੈਸੇ ਨਾਮ ਬਦਨਾ ਪੰਜਾਬ ਦਾ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਕੇਰਲਾ ਦੀ ਗੱਲ ਕਰਦੇ ਬਿਲਕੁਲ ਬ੍ਰਦਰ ਮੈਂ ਬੜਾ ਹੈਰਾਨ ਸੀਗਾ ਕਿ ਕੇਰਲਾ ਦੇ ਵਿੱਚ ਫਿਰ ਮੈਂ ਹੋਰ ਵੀ ਖਬਰਾਂ ਦੇਖੀਆਂ ਕੇਰਲਾ ਦੇ ਵਿੱਚੋਂ ਹੀ ਕੋਈ ਪਹਿਲੀ ਖਬਰ ਨਹੀਂ ਆਈ ਕੇਰਲਾ ਦੇ ਵਿੱਚ ਸਕੂਲਾਂ ਦੇ ਵਿੱਚ ਵੀਡ ਬਹੁਤ ਜਿਆਦੀਆਂ ਖਬਰਾਂ ਦੇ ਵਿੱਚ ਮਿਲ ਰਹੀ ਹੈ ਮਤਲਬ ਵੀਡ ਉੱਥੇ ਪਤਾ ਨਹੀਂ ਕਿਸ ਤਰੀਕੇ ਨਾਲ ਪ੍ਰਚਲਿਤ ਕਰ ਦਿੱਤੀ ਗਈ ਹੈ ਜਿਵੇਂ ਪੰਜਾਬ ਐਸ ਵੇਲੇ ਮੈਨੂੰ ਲੱਗਦਾ ਕਿ ਚਿੱਟੇ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਉਸੇ ਤਰੀਕੇ ਨਾਲ ਮੈਨੂੰ ਲੱਗਦਾ ਕੇਰਲਾ ਦੇ ਵਿੱਚ ਇਸ ਵੇਲੇ ਵੀਡ ਦੀ ਸਮੱਸਿਆ ਬਹੁਤ ਸਾਰੀਆਂ ਖਬਰਾਂ ਮਿਲਦੀਆਂ ਜਿਦੇ ਵਿੱਚ ਸਕੂਲਾਂ ਦੇ ਬੱਚਿਆਂ ਦੇ ਕੋਲੋਂ ਇਹ ਗਾਂਜਾ ਮਿਲ ਰਿਹਾ ਹੈ ਕਾਲਜ ਦੇ ਜਿਹੜੇ ਸਟੂਡੈਂਟ ਆ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਆ ਉਹ ਗਾਂਜਾ ਐਡਿਕਟ ਨੇ